ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ, ਕਾਫੀ ਸਾਰੇ ਕਾਲਰ ਸਿਸਟਮ ਫੋਨ ਲਾਈਨ ਦੇ ਉੱਤੇ ਮੌਜੂਦ ਹਨ, ਉਹਨਾਂ ਦੇ ਵਿਚਾਰ ਸਮਝ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ। ਸਤਿ ਸ਼੍ਰੀ ਅਕਾਲ ਜਸਪਾਲ ਸਿੰਘ ਜੀ, ਠੀਕ ਹੋ? ਹਾਂਜੀ ਬਿਲਕੁਲ। ਕੀ ਕਹਿਣਾ ਚਾਹੋਗੇ ਜਸਪਾਲ ਸਿੰਘ ਜੀ, ਕੀ ਪ੍ਰਤੀਕਰਮ ਦੇਣੇ ਚਾਹੋਗੇ ਆਪਣੇ? ਉਹ ਤਾਂ ਤੁਸੀਂ ਬਿਲਕੁਲ ਠੀਕ ਕਿਹਾ ਹੈਗਾ ਕਿ ਜੋ ਜਿਸ ਵੇਲੇ ਪਹਿਲਾਂ ਸ਼ੁਰੂ ਤੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਆ ਤੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀਗੀਆਂ, ਉਹ ਤੇ ਪੂਰੇ ਨਹੀਂ ਉਤਰੇ। ਹਾਂਜੀ, ਆਈ ਡੋਂਟ ਵੇਸਟ ਦੀ ਟਾਈਮ, ਮੈਂ 2-3 ਪੁਆਇੰਟ ਰੱਖਣੇ ਆ। ਜਿਹੜੀ ਪ੍ਰੈਜੈਂਟ ਜਿਹੜੀ ਪੋਜੀਸ਼ਨ ਹੈਗੀ ਆ ਜੀ, ਉਹਦੇ ਵਿੱਚ ਆ ਕਿ ਕੇਜਰੀਵਾਲ ਕਿਉਂ ਇਹ ਖੇਲ ਖੇਡ ਰਿਹਾ ਜੀ। ਕੇਜਰੀਵਾਲ ਦੀ ਦਿੱਲੀ ਦੇ ਵਿੱਚ ਜਿਹੜੀ ਪੋਜੀਸ਼ਨ ਆ ਉਹ ਥੋੜੀ ਡਾਵਾਂ ਡੋਲ ਆ ਜੀ। ਹਾਂਜੀ, ਉਹਦਾ ਸੈਂਟਰ ਦਾ ਬਹੁਤ ਪ੍ਰੈਸ਼ਰ ਆ। ਨੰਬਰ 2, ਪੰਜਾਬ ਦੇ ਵਿੱਚ ਕੈਪਟਨ ਨੇ ਜੋ ਪਰ ਆਪਣੇ ਪ੍ਰੋਮਿਸ ਕੀਤੇ ਸੀਗੇ ਕਾਂਗਰਸ ਨੇ, ਉਹ ਪੂਰੇ ਨਹੀਂ ਕੀਤੇ। ਫਿਰ ਹੁਣ ਪੋਜੀਸ਼ਨ ਇਹ ਹੋਏਗੀ ਕਿ ਕੈਪਟਨ ਦੀਆਂ ਵੋਟਾਂ ਥੋੜੀਆਂ ਨੈਕਸਟ ਇਲੈਕਸ਼ਨ ਚ ਘੱਟ ਹੋਣਗੀਆਂ, ਅਕਾਲੀ ਫਿਰ ਥੋੜੇ ਜਿਹੇ ਵੋਟਾਂ ਲੈ ਜਾਣਗੇ। ਤੁਹਾਨੂੰ ਕਿਵੇਂ ਲੱਗਦਾ ਜਸਪਾਲ ਸਿੰਘ ਜੀ ਕਿ ਕਿਵੇਂ ਗੇਨ ਕਰਨਗੇ ਅਕਾਲੀ ਦਲ, ਕਿਵੇਂ ਗੇਨ ਕਰੇਗਾ ਸ਼੍ਰੋਮਣੀ ਅਕਾਲੀ ਦਲ ਬਾਦਲ? ਉਹ ਇਸ ਵਾਸਤੇ ਕਿ ਜਿਹੜਾ ਕਾਂਗਰਸ ਹੈਗਾ ਨਾ, ਉਸ ਨੂੰ ਬਦਨਾਮ ਕਰਨਗੇ ਕਿ ਇਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ। ਓਕੇ, ਪੋਸੀਬਲ ਹੈ, ਮਤਲਬ ਆਈ ਐਮ ਜਸਟ ਥਿੰਕਿੰਗ ਹਾਈਪੋਥੈਟਿਕਲੀ ਕਿ ਇਹ ਪੋਜੀਸ਼ਨ ਜਿਹੜਾ ਕੇਜਰੀਵਾਲ ਇਸ ਤਰ੍ਹਾਂ ਉਹ ਦੇਖ ਰਿਹਾ ਹੈਗਾ, ਮੈਂ ਇਹ ਨਹੀਂ ਕਹਿੰਦਾ ਹੈਗਾ। ਜੀ ਜੀ, ਉਹਦੀ ਪੋਜੀਸ਼ਨ ਇਹ ਹੈਗੀ ਕਿ ਉਹਦੀ ਪੋਜੀਸ਼ਨ ਡਾਵਾਂਡੋਲ ਆ ਦਿੱਲੀ ਦੇ ਵਿੱਚ। ਮੈਂ ਇੱਕ ਇੱਥੇ ਜਸਪਾਲ ਸਿੰਘ ਜੀ, ਤੁਹਾਨੂੰ ਤੇ ਮੇਰੇ ਦਰਸ਼ਕਾਂ ਨੂੰ ਜ਼ਰੂਰ ਦੱਸ ਦੇਵਾਂ ਕਿ ਮੀਡੀਆ ਰਿਪੋਰਟਸ ਦੇ ਮੁਤਾਬਿਕ ਇਹ ਵੀ ਤਸਵੀਰ ਸਾਹਮਣੇ ਆ ਰਹੀ ਹੈ 2019 ਦੇ ਵਿੱਚ ਕਾਂਗਰਸ ਦੇ ਨਾਲ ਰਲ ਕੇ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲੜ ਸਕਦੀ ਹੈ। ਮੈਂ ਉਹੀ ਕਹਿ ਰਿਹਾ, ਮੈਂ ਉਸ ਪੁਆਇੰਟ ਤੇ ਆ ਰਿਹਾ। ਜੀ ਜੀ ਜੀ, ਆਈ ਐਮ ਕਮਿੰਗ ਟੂ ਦੈਟ ਪੁਆਇੰਟ। ਜੀ ਜੀ ਜੀ, ਹਾਂਜੀ, ਤੇ ਉਹ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਉਹਦੀ ਪੋਜੀਸ਼ਨ ਵੀਕ ਹੈ ਜੀ, ਪੰਜਾਬ ਦੇ ਵਿੱਚ ਕਾਂਗਰਸ ਉਨੀ ਨਹੀਂ ਵੋਟਾਂ ਲੈਣਗੇ ਜਿੰਨੀਆਂ ਪਹਿਲੀਆਂ ਸੀਗੀਆਂ ਜੀ, ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੰਨੀ ਸਟਰੋਂਗ ਨਹੀਂ ਹੈਗੀ, ਉਹਦੀ ਜਿਸ ਤਰ੍ਹਾਂ ਉਹ ਪਹਿਲਾਂ ਸੋਚਦੇ ਸੀ ਉਹਦਾ ਨਹੀਂ ਹੈ। ਹੁਣ ਉਹ ਇਹ ਕਰ ਰਿਹਾ ਕਿ ਦਿੱਲੀ ਨੂੰ ਆਪਣੀ ਸੀਟ ਨੂੰ ਮਜ਼ਬੂਤ ਕਰਨ ਵਾਸਤੇ ਹੀ ਵਿਲ ਨੈਗੋਸ਼ੀਏਟ ਵਿਦ ਕਾਂਗਰਸ ਇਨ ਪੰਜਾਬ। ਜੀ ਜੀ ਜੀ, ਇਸ ਵਾਸਤੇ ਹੀ ਡਸ ਨਾਟ ਕੇਅਰ ਕਿ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਮਿਲਦੀਆਂ ਨਹੀਂ ਮਿਲਦੀਆਂ, ਉਹ ਬਾਰਡਰ ਕਰੇਗਾ ਆਪਣੀ ਪੋਜੀਸ਼ਨ ਪੰਜਾਬ ਤੇ ਦਿੱਲੀ ਦੇ ਵਿੱਚ। ਜੀ 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 ਜੀ, ਇਹ ਤਸਵੀਰ ਇਹ ਵੀ ਤਸਵੀਰ ਸਾਹਮਣੇ ਆ ਰਹੀ ਹੈ ਜੀ। ਅੱਛਾ, ਦੂਸਰੀ ਗੱਲ ਇਹ ਤੁਸੀਂ ਪੁੱਛੀ ਸੀਗੀ ਕਿ ਜਿਹੜੇ ਇਲਜ਼ਾਮ ਇੱਥੇ ਆਮ ਪਾਰਟੀ ਤੇ ਲਾਏ ਹੈਗੇ ਆ ਜੀ, ਹਾਂਜੀ, ਤੇ ਉਹ ਕਿਉਂ ਦੂਸਰੀਆਂ ਪਾਰਟੀ ਤੇ ਨਹੀਂ ਲਾਏ? ਉਹਦੀ ਰੀਜ਼ਨ ਇਹ ਹੈਗੀ ਆ ਕਿ ਐਜ਼ ਆਈ ਤੁਸੀਂ ਦੇਖਦੇ ਆ ਕਿ ਜਿਹੜੀ ਦਿੱਲੀ ਐਡਮਿਨਿਸਟ੍ਰੇਸ਼ਨ ਇਜ਼ ਐਜ਼ ਇੰਪੋਰਟੈਂਟ ਐਜ਼ ਸੈਂਟਰਲ ਗਵਰਨਮੈਂਟ। ਜੀ ਜੀ, ਦਿੱਲੀ ਦੀ ਜਿਹੜੀ ਗਵਰਨਮੈਂਟ ਆ ਉਹ ਬਹੁਤ ਉਹਦੀ ਇਮੇਜ ਜਿਹੜੀ ਨਾ ਇਹ ਬਹੁਤ ਸਟਰੋਂਗ ਹੋਣੀ ਚਾਹੀਦੀ ਆ। ਜੀ, ਹੁਣ ਸੈਂਟਰਲ ਜਿਹੜੀ ਆ ਉਹ ਚਾਹੁੰਦੀ ਆ ਉਹ ਗ੍ਰੈਬ ਕਰਨਾ। ਜੀ ਜੀ ਜੀ, ਇਸ ਵਾਸਤੇ ਉਹ ਦੇ ਡੋਂਟ ਕੇਅਰ ਅਦਰ ਪਾਰਟੀਜ਼, ਸੋ ਦੇ ਵਿਲ ਲਾਈਕ ਉਹਨੂੰ ਬਦਨਾਮ ਕਰਨ ਕੇ ਹੁੱਕ ਬਾਈ ਕਰੁੱਕ ਕਿ ਇਹ ਪਾਰਟੀ ਇਸ ਤਰ੍ਹਾਂ ਕਰ ਰਹੀ ਹੈ, ਗੱਪਲਾਬਾਜ਼ੀ ਕਰ ਰਹੀ ਆ, ਦੇ ਵਿਲ ਟਰਾਈ ਟੂ ਸ਼ੋ ਡੋਂਟ ਫਾਲੋ ਅਪ ਦੈਟ ਔਨ ਦੈਟ ਪੁਆਇੰਟ। ਕਰੈਕਟ, ਬੀਜੇਪੀ ਵਾਂਟ ਟੂ ਗੈਟ ਗੇਨ ਔਨ ਵਿਚਾਰ ਸਮਝ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਕ੍ਰਿਸ਼ਨ ਜੀ, ਸਤਿ ਸ੍ਰੀ ਅਕਾਲ, ਮੈਂ ਗੁਰਦੇਵ ਸਿੰਘ ਭੋਗਲ, ਮੈਂ ਤੁਹਾਡੇ 30 ਸੈਕਿੰਡ ਲੈਣੇ ਨੇ। ਤੁਸੀਂ ਇੱਕ ਸਵਾਲ ਕੀਤਾ ਸੀ, ਮੇਰੇ 2 ਵੀਰ ਆਏ ਨੇ, ਉਹ ਜਵਾਬ ਨਹੀਂ ਉਹਨੇ ਦਿੱਤਾ, ਮੈਂ ਤੁਸੀਂ ਇੱਕ ਸਵਾਲ ਕੀਤਾ ਸੀ, ਮੈਂ ਉਹਦਾ ਜਵਾਬ ਦੇਣ ਵਾਸਤੇ ਆਇਆ। ਤੁਸੀਂ ਸਵਾਲ ਇਹ ਕੀਤਾ ਸੀ ਵੀ ਅੱਜ ਤੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਆ ਉਹਦੇ ਬਾਰੇ ਕੇਜਰੀਵਾਲ ਨੇ ਕੋਈ ਸ਼ਬਦ ਨਹੀਂ ਕਿਹਾ, ਉਹਦਾ ਮੈਂ ਜਵਾਬ ਦੇਣ ਆਇਆ। ਉਹਦਾ ਜਵਾਬ ਇਹ ਆ ਹਰਕਿਰਨ ਸਿੰਘ ਜੀ, ਵੀ ਇਹ ਕੇਜਰੀਵਾਲ ਇਹ ਨਰਕਧਾਰੀ ਗੁਰੂ ਦਾ ਚੇਲਾ, ਨਰਕਧਾਰੀ ਗੁਰੂ ਜਿਹੜਾ ਆ ਉਹ ਸਿੱਖਾਂ ਤੋਂ ਖਿਲਾਫ਼, ਸਿੱਖੀ ਤੋਂ ਖਿਲਾਫ਼,
ਪੰਜਾਬ ਤੋਂ ਖਿਲਾਫ, ਪੰਜਾਬੀ ਤੋਂ ਖਿਲਾਫ, ਪੰਜਾਬੀਅਤ ਤੋਂ ਖਿਲਾਫ, ਤੇ ਇਹ ਕੇਜਰੀਵਾਲ ਕਿਉਂ ਕਿਉਂ ਬੋਲੇਗਾ ਗੁਰੂ ਗ੍ਰੰਥ ਸਾਹਿਬ ਬਾਰੇ? ਬਾਈ ਇੱਕ ਤੇ ਦੇਖੋ ਕੇਜਰੀਵਾਲ, ਕੇਜਰੀਵਾਲ ਦੀ ਪਾਲਿਸੀ ਦੇਖੋ, ਪੰਜਾਬ ਚ ਪਾਣੀਆਂ ਦੀ ਗੱਲ ਆਓ, ਪੰਜਾਬ ਚ ਕੁਛ ਕਹਿੰਦਾ ਤੇ ਆਪਣੇ ਹਰਿਆਣਾ ਚ ਆ ਕੇ ਕੁਛ ਕਹਿ ਦਿੰਦਾ, ਦਿੱਲੀ ਜਾ ਕੇ ਕੁਛ ਕਹਿ ਦਿੰਦਾ। ਹਾਂ, ਬਿਕੋਜ਼ ਹਰਿਆਣਾ ਦੇ ਵਿੱਚ ਵੀ 90 ਸੀਟਾਂ ਦੇ ਉੱਤੇ ਚੋਣਾਂ ਲੜਨੀ ਹੈ ਨਾ ਹੁਣ ਆਮ ਆਦਮੀ ਪਾਰਟੀ ਨੇ ਭੋਗਲ ਜੀ, ਸਾਫ ਸੁਥਰੀ ਇਹ ਦੁੱਧ ਧੋਤੇ ਦੇ। ਹਰਕੀਰਤ ਸਿੰਘ ਜੀ, ਤੁਹਾਨੂੰ ਦੋਨਾਂ ਵੀਰਾਂ ਨੂੰ ਪਤਾ ਹੈ, ਤੁਸੀਂ ਦੋਨੋਂ ਪੱਤਰਕਾਰ ਹੋ, ਉੱਥੇ ਦੁੱਧ ਧੋਤੀ ਪਾਰਟੀ ਕੋਈ ਵੀ ਨਹੀਂ ਹੈ, ਉੱਥੇ ਤੇ ਇੱਕੋ ਸਿਸਟਮ ਚੱਲਦਾ, ਚੁੱਪ ਕਰ ਚਾਚਾ ਤੂੰ ਵੀ ਚੋਰ ਤੇ ਮੈਂ ਵੀ ਚੋਰ। ਜੀ ਜੀ ਜੀ, ਆਪਾਂ ਪੰਜਾਬੀ ਜੇ ਗੱਲ ਕਹਿਣੀ ਹੋਵੇ ਤਾਂ ਇੱਦਾਂ ਕਹਿ ਲਈ ਦੀ ਆ। ਜੀ 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 ਜੀ, ਬਹੁਤ ਧੰਨਵਾਦ ਹਰਕੀਰਤ ਸਿੰਘ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ ਭੋਗਲ ਜੀ। ਅਤੇ ਨਵੀਨ ਜੀ, ਕਾਲਸ ਬਹੁਤ ਸਾਰੀਆਂ ਫੋਨ 'ਤੇ ਹੈਗੀਆਂ, ਲੇਕਿਨ ਮੈਂ ਇੱਥੇ ਤੁਹਾਡੇ ਪ੍ਰਤੀਕਰਮ ਜ਼ਰੂਰ ਜਾਣਨਾ ਚਾਹਾਂਗਾ। ਆਈ ਵੁੱਡ ਲਾਈਕ ਟੂ ਨੋ ਦੀ ਬਿਗਨਿੰਗ ਆਫ ਆਮ ਆਦਮੀ ਪਾਰਟੀ ਐਂਡ ਦ ਕਾਇੰਡ ਆਫ ਵਰਕ ਦੇ ਆਰ ਡੂਇੰਗ ਐਜ਼ ਆਫ ਨਾਓ ਔਨ ਗਰਾਊਂਡ ਲੈਵਲ, ਵਟ ਕਾਇੰਡ ਆਫ ਡਿਫਰੈਂਸ ਯੂ ਥਿੰਕ ਐਜ਼ ਅ ਜਰਨਲਿਸਟ? ਦੇਖੋ, ਇੱਕ ਚੀਜ਼ ਮੈਨੂੰ ਫੀਲ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਇੱਕ ਅੱਛੀ ਆਪਸ਼ਨ ਸੀ, ਇੱਕ ਅੱਛਾ ਮੌਕਾ ਸੀ ਹੋਂਦ 'ਚ ਜਦੋਂ ਆਈ, ਅਤੇ ਇੱਕ ਵੈਕਿਊਮ ਸੀਗਾ ਇੰਡੀਅਨ ਸਿਸਟਮ ਦੇ ਵਿੱਚ, ਪੋਲੀਟੀਕਲ ਸਿਸਟਮ ਦੇ ਵਿੱਚ, ਉੱਥੇ ਉਹ ਆਪਣੇ ਆਪ ਨੂੰ ਫਿੱਟ ਕਰ ਸਕਦੇ ਸੀ, ਇੱਕ ਨਵੀਂ ਕ੍ਰਾਂਤੀ ਲਿਆ ਸਕਦੇ ਸੀਗੇ। ਲੇਕਿਨ ਆਮ ਆਦਮੀ ਪਾਰਟੀ ਜਿਹੜੀ, ਉਹਦਾ ਡਿਬੈਕਲ ਹੋਇਆ ਜਾਂ ਜੋ ਉਹਦਾ ਡਾਊਨਫਾਲ ਸ਼ੁਰੂ ਹੋਇਆ, ਉਹ ਸਿਰਫ ਦੋ ਵਜ੍ਹਾ ਦੇ ਨਾਲ ਹੋਇਆ। ਇੱਕ ਤਾਂ ਆਮ ਆਦਮੀ ਪਾਰਟੀ ਦਾ ਓਵਰ ਕੌਨਫੀਡੈਂਸ, ਸ਼ੁਰੂ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਦਿੱਲੀ ਦੇ ਵਿੱਚ ਅਸੀਂ ਛਾ ਗਏ ਤਾਂ ਅਸੀਂ ਤਾਂ ਪੂਰੇ ਹਿੰਦੁਸਤਾਨ 'ਤੇ ਰਾਜ ਕਰ ਲਾਂਗੇ, ਪੰਜਾਬ ਦੇ ਵਿੱਚ ਵੀ ਚਲੇ ਗਏ, ਪੰਜਾਬ ਦੇ ਕੋਈ ਗਰਾਊਂਡ ਵਰਕ ਨਹੀਂ ਕੀਤਾ, ਨਾ ਇਹਨਾਂ ਦੇ ਕੋਲ ਚੱਜ ਦੇ ਕੈਂਡੀਡੇਟ ਸੀਗੇ, ਦੂਸਰੇ ਦੁਨੀਆ ਭਰ ਦੇ ਇਲਜ਼ਾਮ ਲੱਗੇ। ਪੰਜਾਬ ਦੇ ਲੋਕ ਜਿਹੜੇ ਚਾਹੁੰਦੇ ਨੇ ਸਿੱਧਾ ਬੰਦਾ ਜਿਹੜਾ ਉਹਨਾਂ ਦੀ ਸਮੱਸਿਆ ਨੂੰ ਪਕੜੇ, ਅਤੇ ਪੰਜਾਬ ਦੇ ਵਿੱਚ ਓਵਰ ਕੌਨਫੀਡੈਂਟ ਦੇ ਸ਼ਿਕਾਰ ਸੀ। ਗੋਆ ਦੇ ਵਿੱਚ ਦੇਖੋ, ਦੇਖੋ ਪਾਰਟੀ ਦਾ ਕੀ ਹਾਲ ਹੋਇਆ, ਗੋਆ ਮੇ ਵੀ ਜਿੱਤ ਜਾਏਂਗੇ, ਪੰਜਾਬ ਮੇ ਵੀ ਸਰਕਾਰ ਬਣਾ ਲੇਂਗੇ। ਜਿੱਦਣ ਪੰਜਾਬ ਇਲੈਕਸ਼ਨ ਦੇ ਰਿਜ਼ਲਟ ਤੱਕ ਆਉਣੇ ਸੀਗੇ, ਉਦਣ ਸ਼ਾਮ ਤੱਕ ਲੋਕ ਦਾਅਵੇ ਕਰ ਰਹੇ ਸੀ ਕਿ ਸਾਡੇ 'ਤੇ 100 ਸੀਟਾਂ ਆਈਆਂ, ਸਾਡੀਆਂ 'ਤੇ ਇੰਨੀਆਂ ਸੀਟਾਂ ਸੀ, ਅਤੇ ਚੀਫ ਮਿਨਿਸਟਰ ਦੇ ਨਾਮ ਕਹਿੰਦੇ ਸੀਗੇ ਕਿ ਫਾਈਨਲ ਹੋ ਰਹੇ ਸੀਗੇ। ਔਰ ਇਹ ਵੀ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਦੋ ਤਿੰਨ ਜਿਹੜੇ ਨੇਤਾ ਨੇ, ਉਹ ਆਪਣੇ ਕਮਰੇ ਬੰਦ ਕਰਕੇ ਅਤੇ ਮੁੱਖ ਮੰਤਰੀ ਦੀ ਜਿਹੜੀ ਸ਼ਪਥ ਲੈਣੀ ਹੈ ਉਹਦੀ ਪ੍ਰੈਕਟਿਸਾਂ ਕਰਦੇ ਪਏ ਸੀਗੇ ਰਿਜ਼ਲਟ ਆਉਣ ਤੋਂ ਪਹਿਲਾਂ। ਜਿਸ ਤਰ੍ਹਾਂ ਰਿਜ਼ਲਟ ਆਏ, ਜਿਵੇਂ ਕਹਿੰਦੇ ਵੱਡੀਆਂ ਵੱਡੀਆਂ LCDs ਲਗਾਈਆਂ ਸੀ ਕੇਜਰੀਵਾਲ ਦੇ ਘਰ ਦੇ ਬਾਹਰ, ਜਿੱਦਾਂ ਜਿੱਦਾਂ ਰਿਜ਼ਲਟ ਆਉਂਦੇ ਗਏ ਅਤੇ LCDs ਹਟਾਉਂਦੇ ਗਏ ਉੱਥੋਂ, ਵੱਡੇ ਵੱਡੇ ਗੁਬਾਰੇ ਲਾਤੇ ਸੀ, ਸਟੇਜ ਲਾਤੇ ਸੀ, ਸਪੀਕਰ ਲਾਤੇ ਸੀ, ਸਾਰੇ ਹੌਲੀ ਹੌਲੀ ਹਟ ਗਏ, ਕਿਉਂਕਿ ਇਹ ਪਾਰਟੀ ਸ਼ੁਰੂ ਤੋਂ ਹੀ ਜੋ ਮੈਨੂੰ ਲੱਗਦਾ ਓਵਰ ਕੌਨਫੀਡੈਂਸ ਦੀ ਸ਼ਿਕਾਰ ਹੈ। ਇਹਨਾਂ ਨੂੰ ਇਹ ਲੱਗਦਾ ਕਿ ਅਸੀਂ ਤਾਂ ਇੱਕ ਨਵੀਂ ਕ੍ਰਾਂਤੀ ਲਿਆਵਾਂਗੇ, ਲੋਕੀ ਸਾਨੂੰ ਐਕਸੈਪਟ ਕਰ ਲੈਣਗੇ, ਇਹ ਗਲਤੀ ਹੋ ਗਈ ਇਹਨਾਂ ਦੀ। ਅੱਛਾ, ਵਟ ਯੂ ਥਿੰਕ, ਬਟ ਐਂਡ ਆਫ ਦਾ ਡੇ ਇੱਕ ਇਮਾਨਦਾਰੀ ਛਵੀ ਵੀ ਅਰਵਿੰਦ ਕੇਜਰੀਵਾਲ ਦੇ ਵਿੱਚ ਕਈ ਲੋਕਾਂ ਨੂੰ, ਸਾਡੇ ਵਿਊਅਰਸ ਨੂੰ ਦਿਸਦੀ ਵੀ ਹੈ, ਅਤੇ ਕਿ ਉਹ ਛਵੀ ਤੁਹਾਨੂੰ ਹੁਣ ਕਿੱਥੇ ਲੱਗਦੀ ਹੈ? ਦੇਖੋ, ਇੱਕ ਉਹਨਾਂ ਦੇ ਨਾਲ ਨਾ ਇੱਕ ਛਵੀ ਦੇ ਸਭ ਤੋਂ ਵੱਡਾ ਲੱਗੀ ਜੋ ਦਾਗ ਲੱਗਾ ਕੇਜਰੀਵਾਲ ਦੀ ਪਰਸਨੈਲਿਟੀ ਦੇ ਨਾਲ, ਉਹਨਾਂ ਦੀ ਪੋਲੀਟਿਕਸ ਦੇ ਨਾਲ ਜਾਂ ਉਹਨਾਂ ਦੇ ਕੰਮ ਕਰਨ ਦੇ ਸਟਾਈਲ ਨਾਲ, ਉਹ ਲੱਗਾ ਖੁਦਗਰਜ਼ੀ ਵਾਲਾ। ਉਹਨਾਂ ਨੂੰ ਲੱਗਦਾ ਸੀ ਕਿ ਹੀ ਇਜ਼ ਅ ਡਿਕਟੇਟਰ, ਹੀ ਵਿਲ ਰਨ ਦਾ ਪਾਰਟੀ ਔਨ ਇਜ਼ ਓਨ ਚੋਇਸ। ਅੰਨਾ ਹਜ਼ਾਰੇ ਛੱਡ ਗਏ, ਕਿਰਨ ਬੇਦੀ ਛੱਡ ਗਈ, ਦੂਜੇ ਸਾਰੇ ਲੋਕ ਇੱਕ ਇੱਕ ਕਰਕੇ ਛੱਡ ਗਏ, ਜਿਹਨਾਂ ਪ੍ਰਸ਼ਾਂਤ ਭੂਸ਼ਣ ਛੱਡ ਗਏ, ਜਿਹੜੇ ਸਿਪਾਹੀਆਂ ਦੇ ਨਾਲ ਜਿਹੜੀ ਫੌਜ ਨੂੰ ਲੈ ਕੇ ਤੁਸੀਂ ਚੱਲੇ, ਉਹੀ ਉਹ ਇੱਕ ਇੱਕ ਕਰਕੇ ਛੱਡਦੇ ਚਲੇ ਗਏ। ਅਤੇ ਇਹ ਚੀਜ਼ ਹੋ ਗਈ, ਅਤੇ ਉਹ ਇੱਕ ਡਿਕਟੇਟਰ ਦੀ ਤਰ੍ਹਾਂ ਤੁਸੀਂ ਪਾਰਟੀ ਨੂੰ ਨਹੀਂ ਚਲਾ ਸਕਦੇ, ਡਿਕਟੇਟਰ ਹੀ ਉਹ ਤੁਸੀਂ ਇੱਕ ਵਟਸਐਪ ਕਰਕੇ ਜਾਂ ਕਹਿੰਦੇ ਕੁਛ ਕਰਕੇ ਤਾਂ ਤੁਸੀਂ ਖਹਿਰਾ ਨੂੰ ਹਟਾ ਦਿੰਦੇ ਹੋ। ਯੂ ਡੋਂਟ ਰਿਅਲਾਈਜ਼ ਹੀ ਇਜ਼ ਨੋਟ ਏ ਸੀਜ਼ਨ ਪੋਲੀਟੀਸ਼ੀਅਨ, ਹੀ ਇਜ਼ ਨੋਟ ਏ ਪੋਲੀਟੀਸ਼ੀਅਨ ਐਟ ਆਲ, ਅਤੇ ਉਹ ਮੌਕਾ ਮਿਲ ਗਿਆ ਅਤੇ ਹੀ ਇਜ਼ ਜਸਟ ਅ ਚੀਫ ਮਿਨਿਸਟਰ। ਕੁਮਾਰ ਵਿਸ਼ਵਾਸ ਬਹੁਤ ਵੱਡੇ ਲੀਡਰ ਸੀ, ਹਾਂ ਤੇ ਉਹੀ ਤਾਂ ਮੈਂ ਕਹਿ ਰਿਹਾ, ਉਹ ਕਿੰਨਾ ਸਭ ਦੇ ਆਏ ਨੇ, ਸਭ ਦੀ ਲੜਾਈਆਂ ਹੋਈਆਂ। ਮੈਂ ਇੱਥੇ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ, ਜਿਨ੍ਹਾਂ ਕਾਲਰਸ ਨੇ ਮੈਨੂੰ ਕਾਲ ਕੀਤੀ ਹੈ, ਆਪਣੇ ਫੋਨ ਕਾਲ ਨੂੰ ਨਾ ਕੱਟਿਓ, ਹੋਲਡ ਦੇ ਵਿੱਚ ਮੈਂ ਪਾਇਆ ਹੋਇਆ, ਤੁਹਾਡੀ ਕਾਲ ਮੈਂ ਲਵਾਂਗਾ ਇਸ ਬ੍ਰੇਕ ਤੋਂ ਬਾਅਦ।